ਇੱਥੋਂ ਦੇ ਲੋਕ ਸਾਰੇ ਬਹੁਤ ਵਧੀਆ ਆ, ਬਹੁਤ ਹੀ ਵਧੀਆ ਬੋਲਦੇ ਆ, ਬਹੁਤ ਹੀ ਵਧੀਆ ਬਿਹੇਵੀਅਰ ਆ ਇਹਨਾਂ ਦਾ। ਹਾਂਜੀ, ਸਾਡੇ ਲਈ ਤਾਂ ਇੱਕ ਨਵੀਂ ਜਿਹੀ ਗੱਲ ਸਾਨੂੰ ਦੇਖਣ ਨੂੰ ਮਿਲੀ ਆ। ਜਿੱਦਾਂ ਕਿ ਅਸੀਂ ਸੁਣਦੇ ਸੀ ਕਿ ਪਾਕਿਸਤਾਨ ਉਹੋ ਜਿਹਾ ਨਹੀਂ ਆ, ਪਾਕਿਸਤਾਨ ਦੇ ਲੋਕ ਬਹੁਤ ਹੀ ਜ਼ਿਆਦਾ ਵਧੀਆ ਆ। ਹਾਂਜੀ ਹਾਂਜੀ, ਕੀਤੀ ਸੀ ਕਿ ਪਾਕਿਸਤਾਨ ਦੀ ਫੇਮਸ ਚੀਜ਼ ਕਿਹੜੀ ਆ, ਕਿ ਉਹਨਾਂ ਨੇ ਵੀ ਸੁਣਿਆ ਸੀ ਕਿ ਲਾਹੌਰ ਬਹੁਤ ਫੇਮਸ ਆ, ਕਿ ਉੱਥੋਂ ਬਹੁਤ ਵਧੀਆ ਸ਼ੋਪਿੰਗ ਕਰਨ ਨੂੰ, ਲਾਈਕ ਉੱਥੇ ਸੂਟ ਮਿਲਦੇ ਆ ਐਂਡ ਉੱਥੇ ਬੈਗ ਮਿਲਦੇ ਆ ਪੰਜਾਬੀ ਜੁੱਤੀ ਸਪੈਸ਼ਲ। ਅਤੇ ਇਹ ਚੀਜ਼ਾਂ ਮੈਂ ਮਤਲਬ ਖਰੀਦ ਚੁੱਕੀ ਹਾਂ, ਮੈਂ ਸਾਰਿਆਂ ਦੇ ਲਈ ਕੋਈ ਨਾ ਕੋਈ ਗਿਫਟ ਜ਼ਰੂਰ ਲਿਆ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਵਿਚਾਰ, ਅਤੇ ਅਸੀਂ ਮੌਜੂਦ ਹਾਂ ਇਸ ਟਾਈਮ ਗੁਰਦੁਆਰਾ ਡੇਰਾ ਸਾਹਿਬ। ਸਾਡੇ ਨਾਲ ਇੰਡੀਆ ਤੋਂ ਆਈਆਂ ਸਿੱਖ ਸੰਗਤਾਂ ਸਾਡੇ ਨਾਲ ਮੌਜੂਦ ਨੇ, ਸਾਡੀ ਮਾਂ ਜੀ ਭੈਣ ਜੀ ਸਾਡੇ ਨਾਲ ਮੌਜੂਦ ਨੇ। ਇਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਪਾਕਿਸਤਾਨ ਦਾ ਟੂਰ ਇਹਨਾਂ ਦਾ ਕਿਸ ਤਰ੍ਹਾਂ ਰਿਹਾ। ਪਹਿਲਾਂ ਪੁੱਛਦੇ ਇਹਨਾਂ ਦਾ ਨਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੰਦੀਪ ਕੌਰ। ਅੱਛਾ, ਤੁਹਾਡੇ ਕੀ ਨਾਂ ਜੀ? ਸਰਬਜੀਤ ਕੌਰ। ਅੱਛਾ, ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਮੈਂ ਨਵਾਂਸ਼ਹਿਰ ਪੰਜਾਬ ਤੋਂ ਹਾਂ। ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਮੋਹਾਲੀ। ਅੱਛਾ ਅੱਛਾ, ਪਾਕਿਸਤਾਨ ਆ ਕੇ ਤੁਹਾਡਾ ਪਹਿਲਾ ਵਿਜ਼ਿਟ ਹੈ ਪਾਕਿਸਤਾਨ? ਹਾਂਜੀ, ਇਹ ਮੇਰਾ ਪਹਿਲਾ ਵਿਜ਼ਿਟ ਆ। ਅੱਛਾ, ਤੇ ਕਿਸ ਤਰ੍ਹਾਂ ਦਾ ਲੱਗਾ ਪਾਕਿਸਤਾਨ ਆਣ ਕੇ? ਪਾਕਿਸਤਾਨ ਦੇ ਕਿਸ ਤਰ੍ਹਾਂ ਦੇ ਲੋਕ ਹੈਗੇ? ਬਹੁਤ ਵਧੀਆ ਲੱਗਾ ਇੱਥੋਂ ਆ ਕੇ, ਮੈਨੂੰ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ, ਅਤੇ ਇੱਥੋਂ ਦੇ ਲੋਕ ਸਾਰੇ ਬਹੁਤ ਵਧੀਆ ਆ, ਬਹੁਤ ਹੀ ਵਧੀਆ ਬੋਲਦੇ ਆ, ਬਹੁਤ ਹੀ ਵਧੀਆ ਬਿਹੇਵੀਅਰ ਇਹਨਾਂ ਦਾ। ਹਾਂਜੀ, ਸਾਡੇ ਲਈ ਤਾਂ ਇੱਕ ਨਵੀਂ ਜਿਹੀ ਗੱਲ ਸਾਨੂੰ ਦੇਖਣ ਨੂੰ ਮਿਲੀ ਆ। ਜਿੱਦਾਂ ਕਿ ਅਸੀਂ ਸੁਣਦੇ ਸੀ ਕਿ ਪਾਕਿਸਤਾਨ ਉਹੋ ਜਿਹਾ ਨਹੀਂ ਆ, ਪਾਕਿਸਤਾਨ ਦੇ ਲੋਕ ਬਹੁਤ ਹੀ ਜ਼ਿਆਦਾ ਵਧੀਆ ਆ। ਹਾਂਜੀ। ਅੱਛਾ, ਇੱਥੇ ਗੁਰਦੁਆਰਿਆਂ ਦਾ ਪ੍ਰਬੰਧਕ ਕਿੱਦਾਂ ਹੈਗਾ? ਜਿਸ ਤਰ੍ਹਾਂ ਕਿ ਕਰਤਾਰਪੁਰ ਲਾ ਲਈਏ, ਕਿਸ ਤਰ੍ਹਾਂ ਦਾ ਇੰਤਜ਼ਾਮ ਹੈ? ਕਰਤਾਰਪੁਰ ਸਾਹਿਬ ਬਹੁਤ ਜ਼ਿਆਦਾ ਵਧੀਆ, ਉੱਥੇ ਵੀ ਮੈਂ ਫਸਟ ਟਾਈਮ ਗਈ ਹਾਂ ਅੱਜ ਅਸੀਂ ਦੇਖਿਆ ਉੱਥੇ ਜਾ ਕੇ, ਅਤੇ ਪਾਕਿਸਤਾਨ ਦਾ ਬਹੁਤ ਵੱਡਾ ਉਪਰਾਲਾ ਆ ਇਹ। ਇਹ ਸਾਡੇ ਲਈ ਇੱਕ ਗੋਡ ਗਿਫਟ ਤੋਂ ਘੱਟ ਨਹੀਂ ਆ, ਮਤਲਬ ਬਹੁਤ ਵਧੀਆ ਆ ਪੰਜਾਬੀਆਂ ਦੇ ਲਈ। ਸਾਡੇ ਗੁਰੂ ਸਾਹਿਬ ਜੀ ਦੇ ਮਤਲਬ ਦਰਬਾਰ ਸਾਹਿਬ ਨੂੰ ਇੰਨਾ ਚੰਗੀ ਤਰ੍ਹਾਂ ਸਾਂਭਿਆ, ਇੰਨੀ ਵਧੀਆ ਇਮਾਰਤ ਬਣਾਈ ਆ ਉੱਥੇ, ਐਂਡ ਹਰ ਚੀਜ਼ ਦੀ ਬਹੁਤ ਵਧੀਆ ਤੋਂ ਵਧੀਆ ਸਹੂਲਤ ਆ, ਬਹੁਤ ਵਧੀਆ ਲੱਗਾ ਉੱਥੇ ਜਾ ਕੇ। ਅੱਛਾ, ਤੁਹਾਡੀ ਇੰਡੀਆ ਦੇ ਵਿੱਚ ਕੀ ਮਸਰੂਫੀਆਤ ਹੈਗੀ, ਕੀ ਕਰਦੇ ਹੋ ਤੁਸੀਂ? ਮੈਂ ਹੋਟਲ ਮੈਨੇਜਮੈਂਟ ਕੀਤਾ ਹੋਇਆ ਹੈ ਐਂਡ ਉਹਦੀ ਮੈਂ ਜੋਬ ਕਰਦੀ ਹਾਂ। ਹਾਂਜੀ। ਅੱਛਾ, ਇੱਥੇ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ, ਕੋਈ ਆਪਣੀਆਂ ਸਹੇਲੀਆਂ ਵਾਸਤੇ, ਫਰੈਂਡਾਂ ਵਾਸਤੇ ਕਿਸੇ ਨੇ ਕੋਈ ਗਿਫਟ ਦੀ ਫਰਮਾਇਸ਼ ਕੀਤੀ ਸੀ ਤੁਹਾਨੂੰ ਕਿ ਕੋਈ ਆਹ ਚੀਜ਼ ਲੈ ਕੇ ਆਇਓ? ਹਾਂਜੀ ਹਾਂਜੀ, ਕੀਤੀ ਸੀ ਕਿ ਪਾਕਿਸਤਾਨ ਦੀ ਫੇਮਸ ਚੀਜ਼ ਕਿਹੜੀ ਆ, ਕਿ ਉਹਨਾਂ ਨੇ ਵੀ ਸੁਣਿਆ ਸੀ ਕਿ ਲਾਹੌਰ ਬਹੁਤ ਫੇਮਸ ਆ, ਕਿ ਉੱਥੋਂ ਬਹੁਤ ਵਧੀਆ ਸ਼ੋਪਿੰਗ ਕਰਨ ਨੂੰ, ਲਾਈਕ ਉੱਥੇ ਸੂਟ ਮਿਲਦੇ ਆ ਐਂਡ ਉੱਥੇ ਬੈਗ ਮਿਲਦੇ ਆ ਪੰਜਾਬੀ ਜੁੱਤੀ ਸਪੈਸ਼ਲ। ਅਤੇ ਇਹ ਚੀਜ਼ਾਂ ਮੈਂ ਮਤਲਬ ਖਰੀਦ ਚੁੱਕੀ ਹਾਂ, ਮੈਂ ਸਾਰਿਆਂ ਦੇ ਲਈ ਕੋਈ ਨਾ ਕੋਈ ਗਿਫਟ ਜ਼ਰੂਰ ਲਿਆ, ਅਤੇ ਮੈਂ ਲੈ ਕੇ ਜਾ ਰਹੀ ਹਾਂ। ਅੱਛਾ, ਕਿਸੇ ਨੂੰ ਨਾਰਾਜ਼ ਨਹੀਂ ਕਰਕੇ ਜਾਣਾ, ਅਤੇ ਜੇ ਕੋਈ ਪੈਸਿਆਂ ਦੀ ਕਮੀ ਆ ਤਾਂ ਸਾਡੇ ਕੋਲ ਲੈ ਲਿਓ, ਕਿਸੇ ਨੂੰ ਨਾਰਾਜ਼ ਨਾ ਕਰੇ। ਨਹੀਂ 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 ਸਰ, ਪੈਸਿਆਂ ਦੀ ਕੋਈ ਕਮੀ ਨਹੀਂ ਆ, ਇੱਥੇ ਕਰੰਸੀ ਵੀ ਚੇਂਜ ਹੋ ਰਹੀ ਆ, ਸਾਰੇ ਸਿਸਟਮ ਆ ਇੱਥੇ। ਹਾਂਜੀ, ਬਹੁਤ ਵਧੀਆ ਸਾਰਾ ਸਿਸਟਮ ਆ। ਥੈਂਕ ਯੂ। ਅੱਛਾ, ਤੇ ਤੁਸੀਂ ਦੱਸੋ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਤੁਸੀਂ ਕੋਈ ਗਿਫਟ ਲਏ ਆ? ਹਾਂ ਬੇਟੇ, ਲਏ ਆ ਗਿਫਟ। ਅੱਛਾ, ਮੇਰੇ ਹਸਬੈਂਡ ਪੰਜਾਬ ਪੁਲਿਸ DSP। ਅੱਛਾ ਅੱਛਾ ਅੱਛਾ, ਰਿਟਾਇਰ ਆ ਹੁਣ ਤਾਂ। ਅਤੇ ਦੋ ਬੱਚੇ ਆ ਮੇਰੇ, ਬੇਟਾ ਮੇਰਾ ਬਾਹਰ ਅਮੈਰੀਕਾ 'ਚ, ਬੇਟੀ ਇੱਧਰ ਹੀ ਆ। ਅਤੇ ਬਹੁਤ ਵੱਡੇ ਭਾਗ ਆ ਸਾਡੇ, ਅਸੀਂ ਆਪਦੇ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਆਏ ਹਾਂ, ਸਾਡੇ ਵੱਡੇ ਭਾਗ ਹੈ। ਅਤੇ ਬੜਾ ਸੁੱਖ ਮਹਿਸੂਸ ਹੋਇਆ, ਬੜੀ ਸ਼ਾਂਤੀ ਆਈ ਇੱਥੇ ਆ ਕੇ, ਬਹੁਤ ਚੰਗਾ ਲੱਗਿਆ। ਬਹੁਤ ਵਧੀਆ ਅਰੇਂਜ ਆ, ਸਭ ਕੁਛ ਵਧੀਆ, ਅਰੇਂਜਮੈਂਟ ਵਧੀਆ, ਇਹ ਸਿਕਿਉਰਿਟੀ ਵੀ ਬਹੁਤ ਆ, ਬਹੁਤ ਸਾਡਾ ਮਨ ਖੁਸ਼ ਹੋਇਆ ਬੇਟੇ। ਪਾਕਿਸਤਾਨ ਦਾ ਕੋਈ ਨੈਗੇਟਿਵ ਚਿਹਰਾ ਬਾਹਰ ਦਿਖਾਇਆ ਜਾਂਦਾ, ਤੁਸੀਂ ਕੋਈ ਵੇਖੀ ਐਸੀ ਕੋਈ ਗੱਲ ਤੁਸੀਂ ਦੱਸੋਗੇ ਆਪਣੀਆਂ? ਨਹੀਂ 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 ਬੱਚੇ, ਨਹੀਂ ਨਹੀਂ, ਬਹੁਤ ਵਧੀਆ ਲੱਗਿਆ ਸਾਨੂੰ। ਹਾਂ, ਇੱਥੇ ਆਉਣਾ ਚਾਹੀਦਾ ਵਾ? ਬਿਲਕੁਲ। ਹਾਂ, ਸਾਰੀ ਸੰਗਤ ਨੂੰ ਇਹੀ ਸਾਡੀ ਅਪੀਲ ਆ ਕਿ ਵੀ ਜ਼ਰੂਰ ਪਾਕਿਸਤਾਨ ਆਓ, ਇੱਥੋਂ ਦੇ ਆ ਕੇ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰੋ, ਬਹੁਤ ਵਧੀਆ ਲੱਗਿਆ ਸਾਨੂੰ ਆ ਕੇ। ਅੱਛਾ, ਤੁਹਾਡੀ ਕਿੰਨਵੀਂ ਫੇਰੀ ਹੈਗੀ? ਨਹੀਂ, ਪਹਿਲੀ ਵਾਰੀ ਆਏ ਹਾਂ ਅਸੀਂ। ਹਾਂਜੀ ਹਾਂ, ਬਹੁਤ ਅੱਛਾ ਲੱਗਿਆ, ਬਹੁਤ ਕਰਤਾਰਪੁਰ ਵੀ ਬੜਾ ਵਧੀਆ, ਸਾਰੀ ਵਧੀਆ ਦਿਲ ਲੱਗਿਆ, ਬਹੁਤ ਖੁਸ਼ੀ ਹੋਈ ਸਾਨੂੰ, ਅਸੀਂ ਬੜਾ ਭਾਗੇ ਹਾਂ ਅਸੀਂ ਇੱਥੇ ਆਏ ਹਾਂ। ਅਤੇ ਇਹ ਦੱਸੋ ਕਿ ਜਦੋਂ ਇੱਧਰ ਤੁਸੀਂ ਬਾਰਡਰ ਟੱਪਿਆ, ਤੁਹਾਡਾ ਕਿਸ ਤਰ੍ਹਾਂ ਦਾ ਇਸਤਕਬਾਲ ਹੋਇਆ, ਵੈਲਕਮ ਕਿਸ ਤਰ੍ਹਾਂ ਦਾ ਹੋਇਆ? ਵਧੀਆ ਹੋਇਆ ਬੇਟੇ, ਹਾਂ ਬਹੁਤ ਵਧੀਆ,
बहुत साडा तो आपस में बहुत प्यार है, मैं सरकारां जो मर्जी करी जाण।